ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰਿਓ, ਗੱਲਬਾਤ ਕਰਾਂਗੇ ਅੱਜ ਦਸਮ ਦੀ ਬਾਣੀ ਉੱਤੇ, ਔਰ ਜਵਾਬ ਦੇਵਾਂਗੇ ਇਹਨਾਂ ਮਿਸ਼ਨਰੀ ਅਪਗ੍ਰੇਡਾਂ ਨੂੰ ਜਿਹੜੇ ਕਿ ਫਿਰ ਤੋਂ ਦੁਬਾਰੇ ਦਸਮ ਗ੍ਰੰਥ ਸਾਹਿਬ ਦੇ ਮੁੱਦੇ ਉੱਤੇ ਲੋਕਾਂ ਨੂੰ ਬੇਵਕੂ ਬਣਾ ਰਹੇ ਹਾਂ। ਅਰੇ ਮੁੱਦਾ ਦੁਬਾਰੇ ਭਖ ਰਿਹਾ ਹੈ, ਔਰ ਇਹਨਾਂ ਦਾ ਇੱਥੋਂ ਤੱਕ ਬੁੱਧੀ ਭ੍ਰਿਸ਼ਟ ਹੋ ਚੁੱਕੀ ਹੈ ਕਿ ਗੁਰੂ ਸਾਹਿਬ ਦੀ ਬਖਸ਼ੀ ਤਲਵਾਰ ਨੂੰ ਵੀ ਇਹ ਕਹਿੰਦੇ ਹੈ ਕਿ ਅੱਜ ਤਲਵਾਰ ਦੀ ਕੀ ਬੁੱਕਤ ਹੈ। ਅੱਜ ਤਾਂ ਦੂਰੋਂ ਮਾਰ ਕਰਨ ਵਾਲੀਆਂ ਜਿਹੜੀਆਂ ਮਿਸਾਈਲਾਂ ਹੈ, ਕਹਿ ਲਈਏ ਵੀ ਬੰਦੂਕਾਂ ਹੈ, ਇਹ ਆ ਗਈਆਂ ਨੇ। ਤਾਂ ਹੁਣ ਜੇ ਆਪਾਂ ਤਲਵਾਰ ਦੀ ਗੱਲ ਕਰੀਏ ਸਭ ਤੋਂ ਪਹਿਲਾਂ, ਹਾਂਜੀ, ਇਹ ਕਹਿੰਦੇ ਤਲਵਾਰ ਦੀ ਕੋਈ ਕੀਮਤ ਨਹੀਂ ਰਹਿ ਗਈ, ਤਾਂ ਇਹਨਾਂ ਦੀ ਬੁੱਧੀ ਉੱਤੇ ਤਰਸ ਆਉਂਦਾ। ਤਾਂ ਦਸ਼ਮੇਸ਼ ਪਿਤਾ ਜੀ ਕੋਲ ਦੂਰੋਂ ਮਾਰ ਕਰਨ ਵਾਲੇ ਨੇਜੇ, ਤੀਰ, ਕਮਾਨ, ਪਿਸਤੌਲ ਅਤੇ ਬੰਦੂਕ ਨਹੀਂ ਸਨ, ਬਿਲਕੁਲ ਸਨ। ਗੁਰੂ ਸਾਹਿਬ ਨੇ ਕਿਸੇ ਹਥਿਆਰ ਨੂੰ ਰੱਖਣ ਦੀ ਮਨਾਹੀ ਨਹੀਂ ਕੀਤੀ, ਪਰ ਪ੍ਰਧਾਨਤਾ ਕਿਰਪਾਨ ਨੂੰ ਦਿੱਤੀ ਹੈ। ਇਹਦੇ ਪਿੱਛੇ ਕੀ ਰਾਜ ਸੀ ਉਹ ਇਹਨਾਂ ਨੂੰ ਬਿਲਕੁਲ ਨਹੀਂ ਪਤਾ, ਇਹ ਬਚਕਾਨੀਆਂ ਗੱਲਾਂ ਕਰਦੇ ਹਾਂ। ਹੁਣ ਬਾਕੀ ਜਿੰਨੇ ਵੀ ਸ਼ਸਤਰ ਨੇ ਉਹ ਦੂਰੋਂ ਮਾਰ ਕਰਨ ਵਾਲੇ ਨੇ, ਕੇਵਲ ਕਿਰਪਾਨ ਹੀ ਸਵੈ ਰੱਖਿਆ ਵਾਲਾ ਹਥਿਆਰ ਹੈ, ਬਾਕੀ ਸਾਰੇ ਹਥਿਆਰ ਅਪੂਰਨ ਹੈ। ਗੋਲੀ ਤੋਂ ਬਗੈਰ ਬੰਦੂਕ ਅਤੇ ਪਿਸਤੌਲ ਕਿਹੜੇ ਕੰਮ ਦੇ ਦੱਸੋ? ਤੀਰ ਤੋਂ ਬਗੈਰ ਕਮਾਨ ਕੀ ਕਰੂਗੀ? ਵਰਛਾ ਜਿਹੜਾ ਹੁੰਦਾ, ਵਰਛਾ ਵੀ ਜਿਹੜਾ ਇਹ ਇਹਦਾ ਮੁਰਲਾ ਹਿੱਸਾ ਲੋਹੇ ਦਾ ਹੁੰਦਾ ਅਤੇ ਬਾਕੀ ਦਸਤਾ ਲੱਕੜੀ ਦਾ, ਇਹ ਵੀ ਅਪੂਰਨ ਹੈ। ਪਰ ਕਿਰਪਾਨ ਇੱਕ ਸੰਪੂਰਨ ਹਥਿਆਰ ਹੈ, ਟੁੱਟ ਵੀ ਜਾਊਗੀ ਅੱਧੀ ਤਲਵਾਰ ਨਾਲ ਵੀ ਬੰਦਾ ਆਪਣਾ ਬਚਾਓ ਕਰ ਸਕਦਾ। ਕਿਰਪਾਨ ਸਰਦਾਰੀ ਦੀ ਨਿਸ਼ਾਨੀ ਹੈ, ਫੌਜ ਦੇ ਵਿੱਚ ਅੱਜ ਵੀ ਗਜ਼ਟਡ ਅਫਸਰਾਂ ਨੂੰ ਕਿਰਪਾਨ ਮਿਲਦੀ ਹੈ। ਦੇਹਰਾਦੂਨ ਮਿਲਟਰੀ ਆਫਿਸਰ ਟ੍ਰੇਨਿੰਗ ਵੇਲੇ ਸਭ ਤੋਂ ਚੰਗੇ ਕੈਡਿਟ ਨੂੰ ਮੈਡਲ ਅਤੇ ਕਿਰਪਾਨ ਭੇਟ ਕੀਤੀ ਜਾਂਦੀ। ਕਿਤੇ ਵੀ ਇਨਾਮ ਦੇ ਵਿੱਚ ਪਿਸਤੌਲ, ਬੰਦੂਕ ਜਾਂ AK-47 ਨਹੀਂ ਦਿੱਤੀ ਜਾਂਦੀ। ਦੇਸ਼ ਦੇ ਹਾਕਮਾਂ ਨੂੰ ਗਜ਼ਟਡ ਆਫਿਸਰ ਤਲਵਾਰ ਨਾਲ ਸਲਾਮੀ ਦਿੰਦੇ। ਦੱਸੋ, ਪਿਸਤੌਲ, ਬੰਦੂਕ ਦਾ ਘੋੜਾ ਇੱਕ ਬੱਚਾ ਵੀ ਦੱਬ ਕੇ ਚਲਾ ਸਕਦਾ ਹੈ, ਪਰ ਤਲਵਾਰ ਚਲਾਉਣ ਲਈ ਡੌਲਿਆਂ 'ਚ ਜਾਨ ਚਾਹੀਦੀ, ਜੋ ਗੁਰਮਤਿ ਅਨੁਸਾਰ ਸ਼ੁੱਧ ਆਚਾਰ ਵਾਲੇ ਸੰਜਮੀ ਜੀਵਨ ਨਾਲੇ ਆ ਸਕਦੀ ਹੈ। ਹਥਿਆਰਬੰਦ ਹੋਣਾ ਆਜ਼ਾਦ ਕੌਮਾਂ ਦੀ ਨਿਸ਼ਾਨੀ ਹੈ, ਪਠਾਨ ਗੁਲਾਮ ਨਹੀਂ ਹੋਇਆ ਕਦੇ। ਉੱਥੇ ਬੰਦੂਕ ਰੱਖਣ ਦੀ ਕੋਈ ਲਾਇਸੈਂਸ ਦੀ ਲੋੜ ਨਹੀਂ ਪੈਂਦੀ, ਗੋਰਖੇ ਨੂੰ ਖੋਖਰੀ ਰੱਖਣ ਦੀ ਕਿਤੋਂ ਇਜਾਜ਼ਤ ਨਹੀਂ ਲੈਣੀ ਪੈਂਦੀ। ਮੁਗਲਾਂ ਵੇਲੇ ਕੋਈ ਗੁਲਾਮ ਤਲਵਾਰ ਨਹੀਂ ਰੱਖ ਸਕਦਾ ਸੀ। ਖਾਲਸੇ ਦਾ ਕਿਰਪਾਨਧਾਰੀ ਹੋਣਾ ਇਹ ਦਰਸਾਉਂਦਾ ਕਿ ਖਾਲਸਾ ਬੋਧੀ ਅਤੇ ਜੈਨੀਆਂ ਵਰਗੀ ਅਹਿੰਸਾ ਪਰਮੋ ਧਰਮਾਂ ਦਾ ਪੁਜਾਰੀ ਨਹੀਂ। ਇਹ ਲੋੜ ਪੈਣ 'ਤੇ ਸਵੈ ਮਾਣ, ਸਤਿਕਾਰ ਅਤੇ ਹੋਂਦ ਕਾਇਮ ਰੱਖਣ ਤੋਂ ਇਲਾਵਾ ਮਜ਼ਲੂਮਾਂ ਦੀ ਰੱਖਿਆ ਲਈ ਹਿੰਦੂਆਂ ਵਾਂਗ ਗਊਆਂ ਦੇ ਵੱਗ ਅੱਗੇ ਨਹੀਂ ਝੁਕੇਗਾ, ਬਲਕਿ ਤਲਵਾਰ ਲੈ ਕੇ ਜੂਝੂਗਾ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਪਿੱਛੋਂ ਸਾਰੇ ਗੁਰੂ ਸਾਹਿਬਾਨ ਸ਼ਸਤਰਧਾਰੀ ਰਹੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਕਮਰ ਕਸੇ ਦੀ ਕਿਰਪਾਨ ਮਹਾਰਾਜਾ ਬੜੌਦਾ ਦੇ ਤੋਸ਼ੇਖਾਨੇ 'ਚ ਪਈ ਹੈ। ਦਸ਼ਮੇਸ਼ ਪਿਤਾ ਦੇ ਬਖਸ਼ੇ ਹੋਏ ਅਣਗਿਣਤ ਸਿੱਖਾਂ ਨੂੰ ਬਖਸ਼ੇ ਸ਼ਸਤਰ ਅਜੇ ਵੀ ਥਾਂ ਥਾਂ ਪਏ ਨੇ, ਜਿਨ੍ਹਾਂ ਨੂੰ ਸਿੱਖ ਹੁਣ ਵੀ ਸਤਿਕਾਰ ਦੇ ਨਾਲ ਨਮਸਕਾਰ ਕਰਦੇ ਹਾਂ। ਇਤਿਹਾਸ ਗਵਾਹ ਹੈ, ਜਿਹੜੀਆਂ ਕੌਮਾਂ ਸ਼ਸਤਰ ਵਾਲੇ ਕੇਵਲ ਗਿਆਨ ਖੜਗ ਵਿੱਚ ਵਿਸ਼ਵਾਸ ਰੱਖਣ ਵਾਲੀਆਂ ਨੇ, ਕਦੇ ਵੀ ਜਿਉਂਦਾ ਨਹੀਂ ਰਹਿ ਸਕਦੀਆਂ। ਸਾਡੇ ਦੇਸ਼ 'ਚ ਜਦ ਮਹਾਰਾਜਾ ਅਸ਼ੋਕ ਨੇ ਕਲਿੰਗਾ ਦੀ ਲੜਾਈ ਪਿੱਛੋਂ ਬੁੱਧ ਧਰਮ ਅਪਣਾ ਕੇ ਹਥਿਆਰ ਗੰਗਾ ਮਾਂ ਸੁੱਟਤੇ, ਤਾਂ ਦੇਸ਼ ਲਈ ਗੁਲਾਮੀ ਦਾ ਬੀਜ ਬੀਜਤਾ ਸੀ। 1200 ਸਾਲ ਦਾ ਸੰਤਾਪ ਭੋਗਣ ਪਿੱਛੋਂ ਜਦ ਪਰਮੇਸ਼ਰ ਨੂੰ ਦਇਆ ਆਈ ਤਾਂ ਕਲਗੀਧਰ ਮਹਾਰਾਜ ਨੂੰ ਇੱਥੇ ਭੇਜਿਆ, ਅਤੇ ਮਰਦ ਅਗੰਬੜੇ ਨੇ ਬਾਲੜੀ ਉਮਰ ਵਿੱਚ ਉਸੇ ਪਟਨੇ ਜਿੱਥੇ ਅਸ਼ੋਕ ਨੇ ਹਥਿਆਰ ਸੁੱਟੇ ਸੀ ਉਹਦੇ ਗੰਗਾ ਦੇ ਜਿਹੜੇ ਕੰਢੇ ਸ਼ਸਤਰ ਧਾਰਨ ਕੀਤੇ ਅਤੇ ਸਿੱਖਾਂ ਨੂੰ ਇਹ ਉਪਦੇਸ਼ ਦਿੱਤਾ।
ਦਸ਼ਮੇਸ਼ ਪਿਤਾ ਜਦ ਬਹਾਦਰ ਸਾਡੇ ਦਰਬਾਰ ਦੇ ਵਿੱਚ ਸ਼ਸ਼ੋਭਰ ਸਨ ਤਾਂ ਮਲਾਣਿਆਂ ਨੇ ਕੋਈ ਕਰਾਮਾਤ ਦਿਖਾਉਣ ਲਈ ਕਿਹਾ ਤਾਂ ਮਹਾਰਾਜ ਨੇ ਪਹਿਲਾਂ ਕਿਹਾ ਕਿ ਪੈਸਾ ਵੱਡੀ ਕਰਾਮਾਤ ਹੈ, ਇਹ ਬੰਦੇ ਨੂੰ ਪਰਸੂ ਤੋਂ ਪਰਸ ਰਾਮ ਜੀ ਬਣਾ ਦਿੰਦਾ ਹੈ। ਤਾਂ ਮਲਾਣਿਆਂ ਦੇ ਦੁਬਾਰਾ ਕਰਾਮਾਤ ਦਿਖਾਉਣ ਲਈ ਕਹਿਣ 'ਤੇ ਗੁਰੂ ਸਾਹਿਬ ਨੇ ਬਹਾਦਰ ਸ਼ਾਹ ਦੇ ਵੱਲ ਇਸ਼ਾਰਾ ਕੀਤਾ ਕਿ ਕਰਾਮਾਤ ਸਾਹਮਣੇ ਹੈ, ਜੇ ਚਾਹੇ ਇੱਕ ਮਿੰਟ ਵਿੱਚ ਕਿਸੇ ਨੂੰ ਮਾਲਾਮਾਲ ਕਰ ਦੇਵੇ, ਜੇ ਚਾਹੇ ਕੰਗਾਲ ਕਰਕੇ ਕਾਲ ਕੋਠੜੀ ਵਿੱਚ ਡੱਕ ਦੇਵੇ, ਜਾਣੀ ਕਿ ਰਾਜਾ। ਤਾਂ ਤੀਜੀ ਵਾਰ ਜਦ ਮਲਾਣੇ ਨਹੀਂ ਹਟੇ ਕਿ ਕਰਾਮਾਤ ਦੇਖਣੀ ਉਹ ਦੇਖਣੀ ਹੈ, ਤਾਂ ਮਹਾਰਾਜ ਨੇ ਜਦੋਂ ਕਰਾਮਾਤ ਦਿਖਾਉਣ ਲਈ ਕਿਹਾ ਇਹਨਾਂ ਨੇ, ਤਾਂ ਮਹਾਰਾਜ ਨੇ ਫਿਰ ਹੱਥ ਕਿਰਪਾਂ ਦੇ ਮੁੱਠੇ 'ਤੇ ਰੱਖ ਕੇ ਕਿਹਾ ਕਿ ਸਭ ਤੋਂ ਵੱਡੀ ਕਰਾਮਾਤ ਇਹ ਹੈ, ਪਹਿਲੀਆਂ ਦੋਵੇਂ ਕਰਾਮਾਤਾਂ ਇਹਦੇ ਅਧੀਨ ਨੇ, ਜੇ ਕਹੋ ਤਾਂ ਤੁਹਾਡੇ 'ਤੇ ਵਰਤ ਕੇ ਦਿਖਾ ਦਈਏ। ਤਾਂ ਇਤਿਹਾਸ ਗਵਾਹ ਹੈ ਕਿ ਜਦ ਖਾਲਸੇ ਨੇ ਦਸ਼ਮੇਸ਼ ਪਿਤਾ ਦੀ ਬਖਸ਼ੀ ਇਹ ਕਰਾਮਾਤ ਵਰਤੀ, ਦੇਸ਼ ਦਾ ਇਤਿਹਾਸ ਬਦਲ ਕੇ ਰੱਖਤਾ। ਪਰ ਅਫਸੋਸ ਕਿ ਤੁਹਾਨੂੰ ਇਹ ਮੁਫਤ ਦੀ ਮਿਲੀ ਕਰਾਮਾਤ ਹਜ਼ਮ ਨਹੀਂ ਆ ਰਹੀ ਮਿਸ਼ਨਰੀਆਂ ਨੂੰ, ਅਪਗ੍ਰੇਡਾਂ ਨੂੰ, ਗੁਲਾਮੀ ਤੁਹਾਨੂੰ ਚੰਗੀ ਲੱਗਦੀ ਹੈ। ਚੰਗਾ ਇਹ ਤੋਂ ਕਿ ਤੁਸੀਂ ਸਿੱਖੀ ਨੂੰ ਅਲਵਿਦਾ ਕਹਿ ਕੇ ਕਿਸੇ ਜੈਨ ਮੰਦਰ ਦੇ ਪੁਜਾਰੀ ਬਣ ਜਾਓ। ਦੂਜਾ, ਜਾਂ ਫਿਰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਕਿਸੇ ਡੂੰਘੀ ਚਾਲ ਦੇ ਅਨੁਸਾਰ ਸਿੱਖਾਂ ਨੂੰ ਸ਼ਸਤਰਹੀਣ ਕਰਨਾ ਚਾਹੁੰਦੇ ਹੋ ਇਹ ਮਿਸ਼ਨਰੀ ਅਪਗ੍ਰੇਡ, ਜੋ ਕਿ ਸਰਕਾਰ ਦੇ ਫਾਇਦੇ ਵਿੱਚ 84 ਦੇ ਸਿੱਖ ਕਤਲੇਆਮ ਦੇ ਵੇਲੇ ਜਿੱਥੇ ਸਿੱਖ ਸ਼ਸਤਰਹੀਣ ਸੀ ਉੱਥੇ ਹੀ ਮਾਰ ਜ਼ਿਆਦਾ ਖਾਧੀ ਸਿੱਖਾਂ ਨੇ, ਜਿੱਥੇ ਸਿੱਖ ਸ਼ਸਤਰਧਾਰੀ ਸੀ ਜਾਂ ਤਾਂ ਦੁਸ਼ਮਣ ਉਹਨਾਂ ਦਾ ਕੁਝ ਵਿਗਾੜ ਨਹੀਂ ਸੀ ਸਕਿਆ, ਜਾਂ ਫਿਰ ਇੱਜ਼ਤ ਨਾਲ ਲੜਦੇ ਹੋਏ ਉਹ ਸ਼ਹੀਦੀ ਦਾ ਜਾਮ ਪੀ ਗਏ, ਬਲਕਿ ਸ਼ਸਤਰਹੀਣ ਮਾਇਆਧਾਰੀ ਸਿੱਖਾਂ ਨੂੰ ਮੁਸਲਮਾਨਾਂ ਨੇ ਤਾਨੇ ਮਾਰੇ ਕਿ ਆਪ ਕੋ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਦੀ ਥੀ ਵੋ ਕਹਾਂ ਰੱਖਕਰ ਭੁੱਲ ਗਏ। ਇਹ 84 ਦਾ ਕਤਲੇਆਮ ਹੋਇਆ ਜਿਹੜਾ ਅੱਜ ਰੋਈ ਜਾਂਦੇ ਆਪਾਂ 84 ਦੇ ਕਤਲੇਆਮ ਨੂੰ ਲੈ ਕੇ, ਇਹ ਕਤਲੇਆਮ ਹੋਇਆ ਕਿਉਂ ਸੀ? ਕਿਉਂਕਿ ਉਹ ਜਿਹੜੇ ਦਿੱਲੀ ਦੇ ਭਾਪੇ ਸੀਗੇ ਉਹਨਾਂ ਕੋਲ ਹਥਿਆਰ ਨਹੀਂ ਸੀ, ਜਿਨ੍ਹਾਂ ਕੋਲ ਸੀਗੇ ਗੁਰੂ ਸਾਹਿਬ ਦੇ ਬਖਸ਼ੇ ਹੋਏ, ਜਿਨ੍ਹਾਂ ਨੂੰ ਪਤਾ ਸੀਗਾ ਇਸਦੀ ਕਰਾਮਾਤ ਦਾ, ਉਹਨਾਂ ਨੇ ਫਿਰ ਉੱਥੇ ਚਲਾਏ ਹਥਿਆਰ ਅਤੇ ਭੀੜ ਨੂੰ ਮੂਹਰੇ ਮੂਹਰੇ ਭਜਾਇਆ, ਅਤੇ ਬਾਕੀਆਂ ਨੇ ਫਿਰ ਜੋ ਹਾਲ ਹੋਏ ਆ ਤੁਹਾਡੇ ਸਾਹਮਣੇ ਹੀ ਹੈ। ਹਾਂਜੀ, ਸੋ ਇਸ ਕਰਕੇ ਸ਼ਸਤਰਧਾਰੀ ਹੋਣਾ ਇਹ ਆਜ਼ਾਦ ਕੌਮਾਂ ਦੀ ਨਿਸ਼ਾਨੀ ਹੁੰਦੀ ਹੈ। ਕੁੱਲ ਦੁਨੀਆਂ ਨੂੰ ਪਤਾ ਕਿ ਬੁੱਧ ਧਰਮ ਅਸ਼ੋਕ ਸਮੇਂ ਰਾਜ ਧਰਮ ਬਣ ਕੇ ਸੰਸਾਰ 'ਤੇ ਫੈਲਿਆ, ਅਤੇ ਸ਼ੰਕਰਾਚਾਰੀਆ ਜੀ ਨੇ ਰਾਜਪੂਤ ਰਾਜਿਆਂ ਦੀ ਮਦਦ ਨਾਲ ਤਲਵਾਰ ਦੇ ਜ਼ੋਰ ਨਾਲ ਇਸ ਦੇਸ਼ ਵਿੱਚ ਬੁੱਧ ਧਰਮ ਦਾ ਸਫਾਇਆ ਕੀਤਾ, ਤਲਵਾਰ ਦੇ ਜ਼ੋਰ ਨਾਲ ਇਸਲਾਮ ਦਾ ਝੰਡਾ ਸਾਰੇ ਪਾਸੇ ਝੂਲਿਆ, ਕੁੱਲ ਦੁਨੀਆਂ ਦੇ ਈਸਾਈਅਤ ਦਾ ਰਾਜ ਹੋਣ ਕਾਰਨ ਦੁਨੀਆਂ ਦਾ ਸਭ ਤੋਂ ਵੱਡਾ ਧਰਮ ਬਣ ਗਿਆ ਈਸਾਈਅਤ। ਤਾਂ ਇਤਿਹਾਸ ਵਿੱਚ ਕੋਈ ਐਸਾ ਰਾਜ ਦੱਸ ਸਕਦੇ ਹੋ ਜੋ ਸ਼ਸਤਰ ਤੋਂ ਬਗੈਰ ਬਣਿਆ ਹੋਵੇ? ਜੇ ਖਾਲਸੇ ਨੇ ਰਾਜ ਪ੍ਰਾਪਤ ਕੀਤਾ ਤਾਂ ਤਲਵਾਰ ਦੇ ਜ਼ੋਰ 'ਤੇ, ਪਰ ਤੁਸੀਂ ਆਪਣੀਆਂ ਲਿਖਤਾਂ ਅਨੁਸਾਰ ਸ਼ਸਤਰਹੀਣ ਕਰਨ 'ਤੇ ਲੱਕ ਬੰਨਿਆ ਹੈ ਮਿਸ਼ਨਰੀਆਂ ਅਪਗ੍ਰੇਡਾਂ ਨੇ। ਹੁਣ ਇਹਨਾਂ ਜਿਹੜੇ ਮਿਸ਼ਨਰੀ ਅਪਗ੍ਰੇਡਾਂ ਦਾ ਕਹਿਣਾ ਹੈ ਇਹਨਾਂ ਦੀਆਂ ਲਿਖਤਾਂ ਦੇ ਅਨੁਸਾਰ ਵੀ ਇਹ ਦਸਮ ਗ੍ਰੰਥ ਸਾਹਿਬ ਹੈ ਜਿਹੜਾ, ਇਹ ਦਸ਼ਮੇਸ਼ ਪਿਤਾ ਦੇ ਜੋਤੀਰ ਸਮਾਉਣ 1708 ਦੇ ਪਿੱਛੋਂ ਹੋਂਦ ਵਿੱਚ ਆਇਆ। ਜੋ ਸਮੇਂ ਦੀਆਂ ਪ੍ਰਸਥਿਤੀਆਂ ਵੱਲ ਜੇ ਆਪਾਂ ਝਾਤ ਮਾਰੀਏ ਤਾਂ ਦਸ਼ਮੇਸ਼ ਪਿਤਾ ਜੀ ਦੇ ਜੋਤੀਰ ਸਮਾਉਣ ਤੋਂ ਲੈ ਕੇ ਮਿਸਲਾਂ ਦੇ ਸਥਾਪਿਤ ਹੋਣ ਤੱਕ ਖਾਲਸੇ ਨੂੰ ਝਾੜੀ ਜਾਂ ਪਹਾੜੀ ਗੁਜ਼ਰ ਕਰਨਾ ਪਿਆ। ਉਸ ਵਕਤ ਨਾ ਪੰਥ ਵਿੱਚ ਇੰਨੇ ਲਿਖਾਰੀ ਸੀ ਨਾ ਹੀ ਛਾਪਾਖਾਨਾ ਸੀ ਕਿ ਇਸ ਗ੍ਰੰਥ ਦੇ ਉਤਾਰੇ ਕਰਕੇ ਪੰਥ ਵਿੱਚ ਵੰਡੇ ਜਾ ਸਕਦੇ। ਅਜਿਹੇ ਵਿਖੜੇ ਸਮੇਂ 'ਚ ਅਜਿਹੀ ਔਖੀ ਭਾਸ਼ਾ ਵਾਲੇ ਗ੍ਰੰਥ ਨੂੰ ਯਾਦ ਕਰਨਾ ਵੀ ਕੋਈ ਆਸਾਨ ਗੱਲ ਨਹੀਂ ਸੀ, ਪਰ ਇਤਿਹਾਸ ਦੀ ਗਵਾਹੀ ਅਨੁਸਾਰ
ਬਾਬਾ ਬੰਦਾ ਸਿੰਘ ਬਹਾਦਰ ਵੇਲੇ ਇਹ ਗ੍ਰੰਥ ਆਮ ਸਿੱਖਾਂ ਦੇ ਕੋਲ ਉਪਲਬਧ ਸੀਗਾ। ਮੱਸਾ ਰੰਗੜਾ ਸਿਰ ਵੱਢਣ ਵਾਲੇ ਬਾਬਾ ਮਹਿਤਾਬ ਸਿੰਘ ਦੇ ਪੋਤੇ ਭਾਈ ਰਤਨ ਸਿੰਘ ਭੰਗੂ ਪਹਿਲੇ ਸਿੱਖ ਇਤਿਹਾਸਕਾਰ ਜੋ ਕਿ ਹੋਏ ਨੇ। ਇਹਨਾਂ ਦੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਅਨੁਸਾਰ ਬਾਬੇ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿੱਛੋਂ ਸਭ ਤੋਂ ਪਹਿਲੀ ਸ਼ਹੀਦੀ ਭਾਈ ਤਾਰਾ ਸਿੰਘ ਵਾਂ ਦੀ ਹੋਈ। ਜਦ ਤੁਰਕ ਫੌਜ ਨੇ ਤਾਰਾ ਸਿੰਘ 'ਤੇ ਚੜ੍ਹਾਈ ਕੀਤੀ ਉਹਦੇ ਕੋਲ ਸਿੰਘ ਥੋੜ੍ਹੇ ਹੀ ਸਨ। ਸਿੰਘਾਂ ਨੇ ਭਾਈ ਤਾਰਾ ਸਿੰਘ ਨੂੰ ਸਲਾਹ ਦਿੱਤੀ ਕਿ ਹੁਣ ਇੱਕ ਪਾਸੇ ਹੋ ਜਾਈਏ, ਫੌਜ ਬਹੁਤੀ ਆ ਰਹੀ ਹੈ। ਤਾਂ ਭਾਈ ਸਾਹਿਬ ਨੇ ਸਿੰਘਾਂ ਨੂੰ ਕਿਹਾ ਕਿ ਅਰਦਾਸ ਕਰਕੇ ਪੋਥੀ ਜੋ ਉਹਨਾਂ ਕੋਲ ਸੀ ਉਹਦੇ ਵਿੱਚੋਂ ਹੁਕਮ ਲਵੋ। ਅਰਦਾਸ ਕਰਕੇ ਜੋ ਸ਼ਬਦ ਆਇਆ ਉਹ ਇਹ ਸੀ ਦੋਸਤੋ, ਸਵਈਆ ਜੋ ਕਹੂੰ ਕਾਲ ਤੇ ਭਾਜ ਕੈ ਬਾਚੀਅਤ, ਤੋਂ ਤਹਿ ਤੋਂ ਕਹਿ ਕੁੰਟ ਕਹੋ ਭਜ ਜੈ ਹੈ, ਆਗੇ ਹੂੰ ਕਾਲ ਧਰੇ ਅਸਗਾਜਤ, ਛਾਜਤ ਹੈ ਜਿਹ ਤੇ ਨਸ ਐ ਹੈ, ਐਸੋ ਨਾ ਕੋ ਗਇਓ ਕੋਈ ਸੋ ਦਾਵਰੇ, ਜਾਹੇ ਉਪਾਵ ਸੋ ਘਾਵ ਬਚੈ ਹੈ, ਜਾਂ ਤੇ ਨਾ ਛੂਟੀਐ ਮੂੜ ਕਹੋ, ਹੱਸ ਤਾਂ ਕੀ ਨਾ ਕਹਿਓ ਨਾ ਸਰਣਾਗਤ ਜੈ ਹੈ। ਬਚਿੱਤਰ ਨਾਟਕ। ਤਾਂ ਇਸ ਸਵਈਏ ਦੇ ਪਾਠ ਪਿੱਛੋਂ ਭਾਈ ਸਾਹਿਬ ਨੇ ਸਾਰੇ ਸਿੰਘਾਂ ਨੂੰ ਕਿਹਾ ਕਿ ਗੁਰਬਾਣੀ ਦੇ ਹੁਕਮ ਅਨੁਸਾਰ ਮੈਂ ਤਾਂ ਇੱਥੇ ਹੀ ਸ਼ਹੀਦੀ ਪਾਊਂਗਾ, ਤੁਹਾਡੇ ਵਿੱਚ ਜੋ ਕਿਸੇ ਨੇ ਸ਼ਹੀਦ ਹੋਣਾ ਉਹ ਰਹੇ, ਬਾਕੀ ਚਲੇ ਜਾਓ। ਤਾਂ ਤਾਂ ਸਭ ਨੇ ਇਕੱਠੇ ਲੜ ਕੇ ਸ਼ਹੀਦੀ ਪਾਈ ਉੱਥੇ। ਭਾਈ ਸਾਹਿਬ ਦੇ ਨਾਂ 'ਤੇ ਹੁਣ ਤੱਕ ਉਹਨਾਂ ਦੇ ਪਿੰਡ ਵਿੱਚ ਸ਼ਹੀਦੀ ਮੇਲਾ ਲੱਗਦਾ। ਅਤੇ ਦੂਜਾ ਆਪਾਂ ਜੇ ਗੱਲ ਕਰੀਏ ਇਹਨਾਂ ਦੀ, ਜਿਹੜੇ ਇਹ ਲੋਕ ਵਿਰੋਧ ਕਰਦੇ ਆ ਦਸਮ ਦਾ, ਇਹ ਕਹੀ ਜਾਂਦੇ ਹੈ ਕਿ ਦਸਮ ਗ੍ਰੰਥ ਨੂੰ ਕਿਸੇ ਬ੍ਰਾਹਮਣ ਨੇ ਲਿਖਿਆ, ਕਿਸੇ ਪੰਡਿਤ ਨੇ ਲਿਖਿਆ ਹੈ। ਹਾਂਜੀ, ਹੁਣ ਜੇ ਇਸ ਗ੍ਰੰਥ ਵਿਚਲੀ ਬੋਲੀ ਸ਼ੈਲੀ ਛੰਦਾਂ ਦੀ ਚਾਲ ਅਤੇ ਸ਼ਬਦਾਵਲੀ ਵੱਲੇ ਨਿਰਪੱਖ ਹੋ ਕੇ ਆਪਾਂ ਜੇ ਨਿਗਾਹ ਮਾਰੀਏ ਤਾਂ ਇਹਨਾਂ ਨੂੰ ਅਸਲੀਅਤ ਦਾ ਬਾਖੂਬੀ ਪਤਾ ਲੱਗ ਜਾਂਦਾ। ਜੇ ਇਹ ਕਿਸੇ ਬ੍ਰਾਹਮਣ ਦੀ ਕ੍ਰਿਤ ਹੁੰਦੀ ਤਾਂ ਹੁਣ ਤੱਕ ਇਹ ਕੇਵਲ ਖਾਲਸਾ ਪੰਥ ਦੇ ਕੋਲ ਕਿਉਂ ਹੈ, ਖਾਲਸੇ ਪੰਥ ਦੀ ਵਿਰਾਸਤ ਹੀ ਕਿਉਂ ਰਹੀ ਹੈ, ਇਸ ਨੂੰ ਸਨਾਤਨ ਧਰਮ ਨੇ ਕਿਉਂ ਨਹੀਂ ਅਪਣਾਇਆ, ਜਾਂ ਹੁਣ ਤੱਕ ਬਨਾਰਸ ਹਿੰਦੂ ਯੂਨੀਵਰਸਿਟੀਆਂ ਦਾ ਸ਼ਿੰਗਾਰ ਕਿਉਂ ਨਾ ਬਣ ਸਕੀਏ, ਲਿਖਤ ਦੱਸੋ। ਇਸ ਗ੍ਰੰਥ ਵਿੱਚ ਜਗ੍ਹਾ ਜਗ੍ਹਾ ਵੇਦਾਂ ਅਤੇ ਪੱਛਮੀ ਮਤ ਦੀਆਂ ਕਿਤਾਬਾਂ ਦਾ ਖੰਡਨ ਹੈ। ਕੋਈ ਬ੍ਰਾਹਮਣ ਵੇਦਾਂ ਦਾ ਖੰਡਨ ਨਹੀਂ ਕਰ ਸਕਦਾ। ਐਸਾ ਕੋਈ ਗ੍ਰੰਥ ਹੈ ਜੋ ਕਿ ਉਹ ਸਮੇਂ ਦੇ ਬ੍ਰਾਹਮਣ ਦਾ ਲਿਖਿਆ ਹੋਵੇ ਅਤੇ ਉਹਦੇ ਵਿੱਚ ਬ੍ਰਾਹਮਣ ਦੀ ਵਡਿਆਈ ਨਾ ਦਰਜ ਹੋਵੇ ਅਤੇ ਸ਼ੂਦਰਾਂ ਵਾਸਤੇ ਨਫ਼ਰਤ ਨਾ ਦਿਖਾਈ ਹੋਵੇ, ਪਰ ਇਸ ਗ੍ਰੰਥ ਵਿੱਚ ਇਹ ਦੋਨੋਂ ਨਹੀਂ। ਐਸਾ ਕੋਈ ਬ੍ਰਾਹਮਣ ਕਵੀ ਨਜ਼ਰ ਨਹੀਂ ਆਉਂਦਾ ਜੋ ਆਪਣੀ ਰਚਨਾ ਸ਼ੁਰੂ ਕਰਨ ਤੋਂ ਪਹਿਲਾਂ ਓਮ ਨਮੋ ਸ਼ਿਵਾਏ ਜਾਂ ਸਰਸਵਤੀ ਦੇਵੀ ਜਾਂ ਹੋਰ ਕਿਸੇ ਦੇਵੀ ਦੇਵਤੇ ਦੀ ਉਪਮਾ ਰੂਪ ਬੇਨਤੀ ਨਾ ਕਰਦਾ ਹੋਵੇ। ਇਸ ਦਾ ਇਸ ਗ੍ਰੰਥ ਵਿੱਚ ਅਭਾਵ ਹੈ। ਇਸ ਵਾਸਤੇ ਇਸ ਗ੍ਰੰਥ ਦਾ ਕਰਤਾ ਕੋਈ ਬ੍ਰਾਹਮਣ ਨਹੀਂ ਹੋ ਸਕਦਾ। ਹੁਣ ਇਹਨਾਂ ਦੀ ਬੁੱਧੀ ਅਜੇ ਅਰਧ ਗ੍ਰਹਿਣੀ ਹੈ, ਇਸ ਲਈ ਇਸ ਗ੍ਰੰਥ ਨੂੰ ਬ੍ਰਾਹਮਣ ਲਿਖਤ ਕਹਿ ਰਹੇ ਨੇ। ਜਿਸ ਦਿਨ ਪੂਰਾ ਗ੍ਰਹਿਣ ਲੱਗ ਗਿਆ ਉਸ ਦਿਨ ਇਹਨਾਂ ਨੂੰ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਭਗਤ ਬਾਣੀ ਦੇ ਸ਼ਬਦ ਵੀ ਇਸੇ ਤਰ੍ਹਾਂ ਲੱਗਣਗੇ ਅਤੇ ਇਹਨਾਂ ਦੀ ਪਰਖ ਕਸਵੱਟੀ ਇਸ ਨੂੰ ਗੁਰਬਾਣੀ ਮੰਨਣ ਤੋਂ ਇਨਕਾਰੀ ਹੋ ਜੂਗੀ। ਯਾਨੀ ਕਿ ਅੱਜ ਤਾਂ ਦਸਮ ਨੂੰ ਰੱਦ ਕਰ ਰਹੇ ਹੈ, ਕੱਲ੍ਹ ਨੂੰ ਫਿਰ ਇਹਨਾਂ ਨੇ ਭੱਟਾਂ ਦੇ ਸਵੱਈਏ ਵੀ ਰੱਦ ਕਰਨੇ ਹੈ, ਭਗਤਾਂ ਦੀ ਬਾਣੀ ਵੀ ਰੱਦ ਕਰਨੀ ਹੈ। ਇੱਥੋਂ ਤੱਕ ਗਿਰੇ ਹੋਏ ਹੈ, ਅੱਧੇ ਤੱਕ ਕਰ ਵੀ ਰਹੇ ਹੈ। ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਇਹ ਕਿੱਡੇ ਕੁ ਚਗਲ ਬੰਦੇ ਹੈ ਜਿਹੜੇ ਦਸਮ ਦਾ ਵਿਰੋਧ ਕਰ ਰਹੇ ਹੈ। ਇੱਕ ਇਹ ਸਭ ਤੋਂ ਵੱਧ ਰੌਲਾ ਪਾਉਂਦੇ ਹੈ ਚਰਿੱਤਰੋਪਖਿਆਨ ਦਾ, ਜਿਹਨੂੰ ਕਹੇ ਅਸ਼ਲੀਲ ਦੱਸਦੇ ਵੀ ਇਹ ਉਹ ਅਸ਼ਲੀਲਤਾ ਭਰਿਆ ਗ੍ਰੰਥ ਹੈ, ਉਹਦੇ ਵਿੱਚ ਅਸ਼ਲੀਲ ਲਿਖਿਆ ਵਾ, ਗੰਦੀਆਂ ਲਿਖੀ ਕਹਾਣੀਆਂ ਲਿਖੀਆਂ ਵੀ ਆ, ਗੰਦੀਆਂ ਗੱਲਾਂ ਲਿਖੀਆਂ ਵੀ ਆ, ਮਹਾਰਾਜ ਨੇ ਨਹੀਂ ਲਿਖ ਸਕਦੇ। ਹੁਣ ਦੁਨੀਆ ਅੰਦਰ ਝਾਤ ਮਰੀ ਜਾਵੇ ਤਾਂ ਉਹ ਕਿਹੜੀ ਘਟਨਾ ਹੈ ਜੋ ਚਰਿੱਤਰਾਂ ਵਿੱਚ ਲਿਖੀ ਹੁਣ ਨਹੀਂ ਵਾਪਰ ਰਹੀ।
ਅਖਬਾਰਾਂ 'ਚ ਰੋਜ਼ ਪੜ੍ਹਦੇ ਹਾਂ ਕਿ ਇਸਤਰੀ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰਤਾ। ਲੇਟ ਨਾਈਟ ਪਾਰਟੀਆਂ ਵਿੱਚ ਆਦਮੀਆਂ ਦੀ ਮਹਿਫਲ 'ਚ ਔਰਤਾਂ ਸ਼ਰਾਬ ਦੇ ਜਾਮ ਵਰਤਾ ਰਹੀਆਂ ਨੇ। ਇੱਥੋਂ ਤੱਕ ਕਿ ਆਦਮੀ ਅਤੇ ਔਰਤਾਂ ਕਾਮ ਪੂਰਤੀ ਲਈ ਕੁੱਤੇ ਕੁੱਤੀਆਂ ਦਾ ਸਹਾਰਾ ਲੈਂਦੇ। ਦੋਸਤੋ, ਸਭ ਨੂੰ ਪਤਾ ਕਿ ਗਾਂ ਜਾਂ ਮੱਝ ਦੇ ਥਣਾਂ ਵਿੱਚੋਂ ਦੁੱਧ ਨਿਕਲਦਾ ਏ, ਪਰ ਜੋ ਥਣ 'ਤੇ ਚਿੱਚੜ ਲੱਗਿਆ ਹੋਇਆ ਉਹ ਕਦੇ ਨਹੀਂ ਮੰਨੂਗਾ। ਉਹ ਹਮੇਸ਼ਾ ਇਹੀ ਕਹੂਗਾ ਕਿ ਥਣ 'ਚੋਂ ਲਹੂ ਨਿਕਲਦਾ। ਜੇ ਕੋਈ ਦੁੱਧ ਕੱਢ ਕੇ ਵੀ ਦਿਖਾ ਦੇਵੇ ਤਾਂ ਵੀ ਚਿੱਚੜ ਨੇ ਇਹੀ ਕਹਿਣਾ ਕਿ ਆਖਰ ਲਹੂ ਤੋਂ ਹੀ ਦੁੱਧ ਬਣਦਾ, ਇਸ ਲਈ ਇਹ ਲਹੂ ਹੈ। ਹੁਣ ਦਸਮ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਪੰਕਤੀਆਂ ਨੇ, ਕਹਿ ਲਈਏ ਵੀ ਛੰਦ ਨੇ, ਬਾਣੀ ਹੈ ਕਿ ਹੇ ਰੱਬ, ਹੇ ਸੱਸ, ਹੇ ਕਰੁਣਾ ਨਿਧ, ਮੇਰੀ ਅਬੈ ਬੇਨਤੀ ਸੁਣ ਲੀਜੈ, ਔਰਕ ਮੰਗਤ ਹੋ ਤੁਮ ਤੇ ਕਿਛੋ, ਚਾਹਤ ਹੋ ਚਿੱਤ ਮੈਂ ਸੋਈ ਕੀਜੈ, ਸ਼ਸਤਰਨ ਸੋ ਅਤ ਹੀ ਰਣ ਭੀਤਰ, ਜੂਝ ਮਰੋ ਤਉ ਸਾਚ ਭਤੀਜੈ, ਸੰਤ ਸਹਾਏ ਸਦਾ ਜਗ ਮਾਏ, ਕਿਰਪਾ ਕਰ ਸਿਆਮ ਇਹ ਵਰ ਦੀਜੈ। ਕ੍ਰਿਸ਼ਨ ਅਵਤਾਰ 'ਚ ਹੁਣ ਅੰਤਮਾ ਸ਼ਾਮ ਕਵੀ ਦੀ ਗੱਲ ਆਉਂਦੀ ਹੈ। ਸ਼ਾਮ ਮਹਾਰਾਜ ਦਾ ਨਾਂ ਸੀ, ਨਿੱਕ ਨੇਮ, ਮਾਤਾ ਜੀ ਮਹਾਰਾਜ ਨੂੰ ਰਾਮ ਅਤੇ ਸ਼ਾਮ ਦੇ ਨਾਮ ਨਾਲ ਬੁਲਾਉਂਦੇ ਸੀਗੇ ਬਚਪਨ ਦੇ ਵਿੱਚ, ਇਹਨਾਂ ਨੇ ਇੱਥੇ ਤਾਂ ਸ਼ਾਮ ਲਿਖਿਆ। ਹਾਂਜੀ, ਹੁਣ ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਵਿਰੋਧੀ ਉਹ ਦੱਸ ਸਕਦੇ ਕਿ ਕਿਹੜੇ ਬ੍ਰਾਹਮਣ ਸ਼ਾਮ ਕਵੀ ਨੇ ਜਿਹੜੇ ਇਹਨਾਂ ਦੇ ਮੁਤਾਬਕ ਇਹ ਕਹਿੰਦੇ ਕਿ ਕਿਸੇ ਸ਼ਾਮ ਕਵੀ ਦੀ ਲਿਖੀ ਹੋਈ ਹੈ, ਕਿਸੇ ਬ੍ਰਾਹਮਣ ਸ਼ਾਮ ਕਵੀ ਨੇ ਲਿਖੀ ਰਚਨਾ। ਹੁਣ ਇਹ ਦੱਸਣ ਕਿ ਬ੍ਰਾਹਮਣ ਸ਼ਾਮ ਕਵੀ ਨੇ ਪਰਮੇਸ਼ਰ ਤੋਂ ਇਹ ਮੰਗ ਕੀਤੀ, ਕਿਹੜੇ ਬ੍ਰਾਹਮਣ ਇਹ ਮੰਗ ਕੀਤੀ ਅਤੇ ਮੰਗ ਪੂਰੀ ਹੋਣ 'ਤੇ ਕਿਹੜੀ ਲੜਾਈ ਕੀ ਨਾਲ ਕੀਤੀ। ਜੇ ਕੋਈ ਇਤਿਹਾਸਕ ਪ੍ਰਮਾਣ ਉਹਨਾਂ ਕੋਲ ਹੈ ਤਾਂ ਜ਼ਰੂਰ ਦੇਣ, ਤਾਂ ਕਿ ਸੰਗਤਾਂ ਨੂੰ ਪਤਾ ਲੱਗ ਸਕੇ। ਉਹ ਇਹਨਾਂ ਕੋਲ ਹੈ ਨਹੀਂ, ਨਾ ਹੀ ਇਹ ਦੱਸ ਸਕਦੇ ਵੀ ਕਿੱਥੋਂ ਦੇ ਸੀ ਇਹ ਸ਼ਾਮ ਅਤੇ ਰਾਮ ਅਤੇ ਸ਼ਾਮ। ਰਾਮ ਅਤੇ ਸ਼ਾਮ ਗੁਰੂ ਸਾਹਿਬ ਦੇ ਨਿੱਕਨੇਮ ਸੀਗੇ। ਹੁਣ ਇਤਿਹਾਸ ਦੇ ਵਿੱਚ ਐਸਾ ਕੋਈ ਪ੍ਰਮਾਣ ਨਹੀਂ ਮਿਲਦਾ ਕਿ ਬਾਬੇ ਨਾਨਕ ਨੇ ਆਪਣੇ ਜੀਵਨ ਕਾਲ ਵਿੱਚ ਕਿਸੇ ਦੇ ਥੱਪੜੀ ਮਾਰਿਆ ਹੋਵੇ, ਪਰ ਦਸਮਾ ਨਾਨਕ ਦਸ਼ਮੇਸ਼ ਪਿਤਾ ਜੀ ਨੇ ਬਸੀ ਪਠਾਣ ਦੇ ਨਵਾਬ ਨੂੰ ਇੱਕ ਸਿੱਖ ਬੀਬੀ ਦੇ ਅਪਹਰਣ ਦੇ ਜੁਰਮ ਦੇ ਵਿੱਚ ਰੇਤੇ 'ਚ ਗੱਡ ਕੇ ਤੀਰ ਨਾਲ ਫੁੰਡਿਆ ਅਤੇ ਵਿਗੜੇ ਮਸੰਦਾਂ ਨੂੰ ਤੇਲ ਦੇ ਕੜਾਹਿਆਂ 'ਚ ਪਾ ਕੇ ਤਲਿਆ। ਇਹ ਤੱਥ ਦਾ ਇਤਿਹਾਸ ਗਵਾਹ ਹੈ। ਹੁਣ ਗੁਰੂ ਨਾਨਕ ਦੇ ਪਾਤਸ਼ਾਹ ਦੀ ਬਾਣੀ ਰੱਬੀ ਗਿਆਨ ਅਤੇ ਰੱਬੀ ਪਿਆਰ ਨਾਲ ਸਰਸਾਰ ਹੁੰਦੀ ਹੋਈ ਵੀ ਤਰਕ ਭਰਪੂਰ ਵਾਰ ਆਸਾ ਅਤੇ ਸੰਵਾਦ ਸਿੱਧ ਗੋਸ਼ਟ ਇੱਦਾਂ ਦੀ ਹੈ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੀ ਸ਼ੈਲੀ ਵਿਵੇਕੀ, ਗਿਆਨ, ਗੁਣਾਨੁਵਾਦ ਅਤੇ ਨਿਮਰਤਾ ਵਾਲੀ ਹੈ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਵੀ ਬਿਰਹਾ, ਹਲੀਮੀ, ਅਰਦਾਸ, ਗੁਰੂ ਪਰਮੇਸ਼ਰ ਵਾਲੀ, ਸੱਚਾ ਪਿਆਰ ਡੋਡਲ ਪੈ ਰਿਹਾ ਬਾਣੀ 'ਚ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 'ਚ ਵੈਰਾਗ ਪ੍ਰਧਾਨ ਹੈ। ਹੁਣ ਦਸ਼ਮੇਸ਼ ਪਿਤਾ ਦੀ ਕਿਰਤ ਵਿੱਚ ਖੰਡੇ ਖੜਕਦੇ ਹੈ, ਤੀਰ ਚੱਲਦੇ ਹੈ, ਘੋੜਿਆਂ ਦੀਆਂ ਟਾਪਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ। ਪਹਿਲੇ ਪਾਤਸ਼ਾਹੀਆਂ ਦੀ ਬਾਣੀ ਦੇ ਸ਼ਾਂਤੀ ਵਾਲੇ ਪ੍ਰਭਾਵ ਦੇ ਵਿਪਰੀਤ ਜੋਸ਼ ਵਿੱਚ ਡੌਲੇ ਫਰਕਦੇ ਅਤੇ ਬੀਰਸ ਪੈਦਾ ਹੁੰਦਾ ਕਿ ਇਹ ਸਾਰੇ ਗੁਰੂ ਵੱਖ ਵੱਖ ਵਿਚਾਰਧਾਰਾ ਦੇ ਮਾਲਕ ਸਨ। ਹਾਂਜੀ, ਸ਼ਾਇਦ ਮਹਾਤਮਾ ਗਾਂਧੀ ਅਤੇ ਸਾਧੂ ਟੀ ਐੱਲ ਬਾਸਬਾਨੀ ਨੂੰ ਇਸ ਤਰ੍ਹਾਂ ਹੀ ਲੱਗਦਾ ਹੋਵੇ ਅਤੇ ਇੰਦੂ ਭੂਸ਼ਣ ਬੈਨਰਜੀ ਵਰਗੇ ਇਤਿਹਾਸਕਾਰ ਨੂੰ ਇਸ ਤਰ੍ਹਾਂ ਲੱਗਦਾ ਹੋਵੇ, ਪਰ ਦਸਮਾ ਨਾਨਕ ਆਖਦਾ ਏ ਕਿ ਨਹੀਂ, ਸਭ ਇੱਕੋ ਜੋਤ ਹੈ। ਦਸਮ 'ਚ ਆਉਂਦਾ ਸ਼੍ਰੀ ਨਾਨਕ ਅੰਗਦ ਕਰ ਮਾਨਾ, ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਰਾਮਚਾਸ ਕਹਾਇਓ, ਸਾਧਨ ਲਖਾ ਮੂੜ ਨਹਿ ਪਾਇਓ, ਭਿੰਨ ਭਿੰਨ ਸਭ ਹੂੰ ਕਰ ਜਾਣਾ, ਏਕ ਰੂਪ ਕਿਨ ਹੂੰ ਪਹਿਚਾਨਾ, ਜਿਨ ਜਾਣਾ ਤਿਨ ਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹੱਥ ਨਾ ਆਈ, ਰਾਮਦਾਸ ਹਰਸੋ ਮਿਲ ਗਏ, ਗੁਰਤਾ ਦੇਤ ਅਰਜਨ ਹੈ ਭਏ, ਜਬ ਅਰਜਨ ਪ੍ਰਭ ਲੋਕ ਸਿਧਾਏ, ਹਰ ਗੋਬਿੰਦ ਤਹਿ ਠਾਂ ਠਹਿਰਾਏ,
ਹਰ ਗੋਬਿੰਦ ਪ੍ਰਭ ਲੋਕ ਸਿਧਾਰੇ, ਹਰ ਰਾਏ ਤਹਿ ਥਾਂ ਬਿਠਾਏ। ਹਰ ਕ੍ਰਿਸ਼ਨ ਤਿਨਕੇ ਸੁੱਤ ਪਏ, ਤਿੰਨ ਤੇ ਤੇਗ ਬਹਾਦਰ ਪਏ। ਇੱਦਾਂ ਦਸੇ ਪਿਤਾ ਜੀ ਦੇ ਅਨਿਣ ਸੇਵਕ ਬ੍ਰਹਮ ਗਿਆਨ ਦੇ ਮਾਲਕ ਭਾਈ ਨੰਦ ਲਾਲ ਜੀ ਨੇ ਲਿਖਿਆ ਕਿ ਹਮੂ ਗੁਰੂ ਗੋਬਿੰਦ ਸਿੰਘ, ਹਮੂ ਨਾਨਕ ਅਸਤ, ਹਮੂ ਰਤਨ ਜੌਹਰ, ਹਮੂ ਮਾਣਕ ਅਸਤ। ਹੁਣ ਗੁਰੂ ਗੋਬਿੰਦ ਸਿੰਘ ਵੀ ਉਹੀ ਹੈ, ਗੁਰੂ ਨਾਨਕ ਵੀ ਉਹੀ ਹੈ, ਇਹ ਸਾਰੇ ਇੱਕੋ ਮਾਲ ਦੇ ਰਤਨ ਜਵਾਹਰ ਅਤੇ ਮਾਣਕ ਨੇ। ਗੁਰੂ ਨਾਨਕ ਦੀ ਪੰਜਵੀਂ ਜੋ ਦੱਸ ਰਹੀ ਹੈ, ਸਿਬਕੀ ਰੇਨ ਹੋਏ ਰਹੇ ਮਨੂਆ, ਸਗਲੇ ਦੇਸਹਿ ਮੀਤ ਪਿਆਰੇ। ਪ੍ਰਦੇਹ ਪਿਤਾ ਜੀ ਕਹਿ ਰਹੇ ਹੈ, ਦਾਦੂ ਦਾਵਾ ਬੰਨ ਕੇ ਦਿਨ ਦਾਵੇ ਦੇ ਕੱਟ, ਜੇ ਕੋਈ ਇੱਟ ਹੈ ਚੁੱਕਦਾ ਉਸ ਨੂੰ ਪੱਥਰ ਚੱਕ। ਪੰਜਵਾਂ ਨਾਨਕ ਮੰਗਦਾ, ਰਾਜਨ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਪਰ ਦਸਵਾਂ ਨਾਨਕ ਕਹਿੰਦਾ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਦੱਸੋ ਹੁਣ ਇਹਨਾਂ ਤੱਥਾਂ ਦੇ ਆਧਾਰ 'ਤੇ ਵਿਵੇਕ ਦੀਪ ਮਲੀਨ ਵਾਲੇ ਦਸਮ ਗ੍ਰੰਥ ਵਿਰੋਧੀ ਕੀ ਦਸਵੇਂ ਨਾਨਕ ਨੂੰ ਪਹਿਲਿਆਂ ਨੌ ਗੁਰੂ ਜੋਤਾਂ ਤੋਂ ਵੱਖ ਕਰਕੇ ਦੇਣਗੇ, ਜਾਂ ਉਹ ਇਸ ਸੰਦਰਭ ਵਿੱਚ ਦਸਾਂ ਨੂੰ ਇੱਕੋ ਜੋਤ ਕਹਿਣਗੇ? ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਕਿੰਨੀ ਕਕਲ ਦੇ ਮਾਲਕ ਹੈ। ਸੋ ਦੋਸਤੋ, ਇਹ ਛੋਟੀ ਜਿਹੀ ਜਾਣਕਾਰੀ ਦਿੱਤੀ ਤੁਹਾਨੂੰ ਆਪਣੇ, ਛੋਟੀ ਜਿਹੀ ਜਾਣਕਾਰੀ ਸਮਝੋ ਇਹਨੂੰ ਹਜੇ ਤਾਂ। ਇਹਨਾਂ ਦੇ ਜੋ ਇਹ ਦੁਬਧਾ ਪਾਈ, ਇਹਨਾਂ ਨੇ ਸਾਰੀਆਂ ਚੀਜ਼ਾਂ ਦੇ ਜਵਾਬ ਦਿੱਤੇ ਹੋਏ ਹੈ ਇਹਨਾਂ ਨੂੰ, ਠੀਕ ਹੈ ਜੀ। ਇਹਨਾਂ ਕੋਲ ਕੋਈ ਜਵਾਬ ਨਹੀਂ ਹੈ ਕਿਸੇ ਵੀ ਗੱਲ ਦਾ। ਸੋ ਇਹ ਬਣਾਉਂਦੇ ਲੋਕਾਂ ਨੂੰ ਬੇਵਕੂਫ ਦਸਮ ਗ੍ਰੰਥ ਦੇ ਨਾਂ 'ਤੇ। ਦਸਮ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਗੁਰੂ ਮਹਾਰਾਜ ਦਾ ਲਿਖਿਆ ਹੋਇਆ ਹੈ, ਇੰਨਾ ਕੁ ਸਮਝ ਲਓ। ਪੜ੍ਹੋ, ਜਿਹੜੇ ਲੋਕਾਂ ਨੇ ਦਰਸ਼ਨ ਵੀ ਨਹੀਂ ਕਰੇ ਦਸਮ ਗ੍ਰੰਥ ਸਾਹਿਬ ਦੇ, ਉਹ ਵੀ ਲੋਕ ਇਹਨਾਂ ਦੀਆਂ ਲਿਖਤਾਂ ਘੱਗੇ ਵਰਗਿਆਂ ਦੀਆਂ ਵੀਡੀਓ ਸੁਣ ਕੇ ਲੋਕਾਂ ਨਾਲ ਬਹਿਸਾਂ ਕਰੀ ਜਾਂਦੇ, ਦੱਸੋ ਹੱਦ ਹੋਈ ਪਈ ਹੈ, ਹਾਂਜੀ। ਸੋ ਇਹ ਸੀ ਅੱਜ ਦੀ ਜਾਣਕਾਰੀ। ਸੋ ਆਸ ਕਰਦੇ ਹਾਂ ਤੁਹਾਡੇ ਸ਼ੰਕੇ ਨਿਵਰਤ ਹੋਏ ਹੋਣਗੇ। ਸੋ ਅਗਲੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ ਆਵਾਂਗੇ। ਦਿਓ ਆ ਗਿਆ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।